ਖਾਲਸਾ ਸਾਜਣਾ ਦਿਵਸ ਅਤੇ ਵਿਸਾਖੀ ਦੇ ਮੁਕੱਦਸ ਦਿਹਾੜੇ ਮੌਕੇ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਪਹੁੰਚ ਰਹੀਆਂ ਹਨ। ਅੱਜ ਦੇ ਦਿਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਖਾਲਸਾ ਪੰਥ ਦੀ ਜੋ ਹੈ ਸਾਜਨਾ ਕੀਤੀ ਗਈ ਸੀ। ਪੰਜ ਪਿਆਰੇ ਸਜਾਏ ਗਏ ਸੀ ਅਤੇ ਉਸ ਤੋਂ ਬਾਅਦ ਹੀ ਜੋ ਹੈ ਖਾਲਸਾ ਪੰਥ ਸਿਰਜਿਆ ਗਿਆ ਸੀ ਅਤੇ ਉੱਥੇ ਹੀ ਖਾਲਸੇ ਦੇ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿੱਥੇ ਕਿ ਅੱਜ ਦੇ ਦਿਨ ਰੌਣਕਾਂ ਲੱਗਦੀਆਂ ਨੇ, ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਕਿ ਰੂਹਾਨੀਅਤ ਦਾ ਕੇਂਦਰ ਹੈ ਇੱਥੇ ਵੀ ਦੂਰੋਂ ਦੂਰੋਂ ਸੰਗਤਾਂ ਜੋ ਹੈ ਅੱਜ ਦੇ ਮੌਕੇ ਇੱਥੇ ਨਤਮਸਤਕ ਹੋਣ ਪਹੁੰਚਦੀਆਂ ਨੇ। ਜੋ ਸ਼ਰਧਾਲੂਆਂ ਦੇ ਜ਼ਹਿਨ ਵਿੱਚ ਇੱਕ ਸ਼ਰਧਾ ਸਤਿਕਾਰ ਗੁਰੂ ਪ੍ਰਤੀ ਜੋ ਹੁੰਦਾ ਉਹ ਪ੍ਰਗਟਾਉਂਦੇ ਹੋਏ ਲੋਕ ਇੱਥੇ ਪਹੁੰਚਦੇ ਨੇ। ਜੇ ਗੱਲ ਕਰੀਏ ਤਾਂ ਸਵੇਰੇ ਪਹਿਲੀ ਲੋਟ ਜਦ ਦਿਨ ਦੀ ਲੱਗਦੀ ਹੈ ਤਾਂ ਉਦੋਂ ਹੀ ਲੋਕ ਇੱਥੇ ਆਉਣਾ ਸ਼ੁਰੂ ਹੋ ਜਾਂਦੇ ਨੇ ਔਰ ਹਰ ਇੱਕ ਦੇ ਜ਼ਹਿਨ ਵਿੱਚ ਇਹੀ ਸ਼ਰਧਾ ਹੁੰਦੀ ਹੈ ਕਿ ਅਸੀਂ ਗੁਰੂ ਮਹਾਰਾਜ ਦੇ ਜਾ ਕੇ ਦਰਸ਼ਨ ਦੀਦਾਰ ਕਰੀਏ, ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰੀਏ, ਗੁਰਬਾਣੀ ਦੀ ਖੁਰਾਕ ਦਾ ਸੇਵਨ ਕਰੀਏ ਕਿ ਤਾਂ ਜੋ ਅਸੀਂ ਆਪਣੇ ਜੀਵਨ ਨੂੰ ਖੁਸ਼ਹਾਲ ਕਰ ਸਕੀਏ। ਔਰ ਇਸ ਵਕਤ ਦੀਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਮੁੱਖ ਗੇਟ ਹੈ ਔਰ ਜੋ ਸੰਗਤਾਂ ਦੀ ਜੋ ਕਹਿ ਸਕਦੇ ਹਾਂ ਕਿ ਭੀੜ ਹੈ ਉਹ ਜਿੱਦਾਂ ਜਿੱਦਾਂ ਸਮੇਂ ਵੱਧਦਾ ਜਾਏਗਾ ਅਗਾਂਹ ਨੂੰ ਜਾਂਦਾ ਜਾਏਗਾ ਤਾਂ ਉੱਦਾਂ ਉੱਦਾਂ ਜੋ ਲੋਕਾਂ ਦੀ ਤਾਦਾਦ ਹੈ ਵੱਧਦੀ ਜਾਏਗੀ। ਔਰ ਅੱਜ ਸਾਰਾ ਦਿਨ ਹੀ ਕਹਿ ਸਕਦੇ ਹਾਂ ਕਿ ਸੰਗਤ ਇੱਥੇ ਆ ਕੇ ਗੁਰੂ ਸਾਹਿਬ ਦੇ ਜਿੱਥੇ ਕਿ ਦਰਸ਼ਨ ਦੀਦਾਰ ਕਰਨਗੇ, ਪਵਿੱਤਰ ਸਰੋਵਰ 'ਚ ਇਸ਼ਨਾਨ ਕਰਨਗੇ ਔਰ ਨਾਲ ਹੀ ਕਹਿ ਸਕਦੇ ਹਾਂ ਕਿ ਕਈ ਸੰਗਤਾਂ ਜੋ ਇੱਥੇ ਨੇ ਸੇਵਾ ਕਰਦੀਆਂ ਨੇ ਅੱਜ ਦੇ ਇਸ ਮੁਕੱਦਸ ਦਿਨ ਮੌਕੇ। ਔਰ ਹਰ ਇੱਕ ਦੇ ਜ਼ਹਿਨ ਵਿੱਚ ਇੱਕੋ ਹੀ ਚੀਜ਼ ਹੁੰਦੀ ਹੈ ਕਿ ਅਸੀਂ ਅੱਜ ਦੇ ਦਿਨ ਇਸ਼ਨਾਨ ਕਰਕੇ ਅੱਜ ਦੇ ਦਿਨ ਸੀਸ ਝੁਕਾ ਕੇ ਆਪਣੀਆਂ ਮਨੋਕਾਮਨਾਵਾਂ ਗੁਰੂ ਸਾਹਿਬ ਤੋਂ ਪੂਰੀਆਂ ਕਰਾ ਸਕੀਏ। ਔਰ ਜਿੱਥੇ ਕਿ ਅਨੰਦਪੁਰ ਸਾਹਿਬ ਵਿਖੇ ਜੋ ਰੌਣਕਾਂ ਲੱਗਦੀਆਂ ਨੇ ਜੋ ਆਪਣੇ ਆਪ ਦੇ ਵਿੱਚ ਆਨੰਦਮਈ ਹੁੰਦੀਆਂ ਨੇ, ਪਰ ਜੋ ਸੰਗਤਾਂ ਅੰਮ੍ਰਿਤਸਰ ਦੇ ਨਾਲ ਲੱਗਦੇ ਜ਼ਿਲ੍ਹਿਆਂ ਤੋਂ ਹੁੰਦੀਆਂ ਨੇ ਜਾਂ ਸੂਬਿਆਂ ਤੋਂ ਹੁੰਦੀਆਂ ਨੇ ਅਤੇ ਜਿਨ੍ਹਾਂ ਦੀ ਸ਼ਰਧਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਦੀ ਹੁੰਦੀ ਹੈ ਤਾਂ ਉਹ ਇੱਥੇ ਆ ਕੇ ਨਤਮਸਤਕ ਹੁੰਦੇ ਨੇ, ਮਨੋਕਾਮਨਾ ਕਰਦੇ ਨੇ, ਅਰਦਾਸ ਕਰਦੇ ਨੇ। ਕਿਉਂ ਮਿਲ ਜੇ ਕਲਗੀਧਰ ਵਰਗਾ ਜਿਹਨੂੰ ਸਾਹਿਬ ਕੌਰ ਜੀ ਮਾਂ ਮਿਲ ਜੇ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਜਿਹਨੂੰ ਅਨੰਦਪੁਰ ਵਰਗੀ ਤਾਂ ਮਿਲ ਜੇ ਜਿਹਨੂੰ ਗੋਤ ਪਵਿੱਤਰ ਮਿਲ ਜਾਵੇ ਮਾਂ ਸਾਹਿਬ ਕੌਰ ਮਹਾਰਾਣੀ ਦੀ ਜਿਨ ਜੂਨ ਪਵਿੱਤਰ ਹੰਸਾਂ ਦੀ ਤੇ ਜੋ ਮਿਲੇ ਗੁਰਬਾਣੀ ਦੀ ਨਾਲੇ ਤੂੰ ਮਿਲੇ ਉਹਦੇ ਚਰਣਾਂ ਦੀ ਤੇ ਚਰਣਾਂ ਵਿੱਚ ਹੀ ਥਾਂ ਮਿਲ ਜੇ ਵਿਓ ਮਿਲ ਜੇ ਕਲਗੀਧਰ ਵਰਗਾ ਉਹ ਜਿਹਨੂੰ ਸਾਹਿਬ ਕੌਰ ਜੀ ਮਾਂ ਮਿਲ ਜੇ ਓਏ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਉਹ ਜਿਹਨੂੰ ਅਨੰਦਪੁਰ ਵਰਗੀ ਥਾਂ ਮਿਲ ਜੇ ਪਿਓ ਮਿਲ ਜੇ ਕਲਗੀਧਰ ਵਰਗਾ ਪਿਓ ਮਿਲ ਜੇ ਕਲਗੀਧਰ ਵਰਗਾ ਉਹ ਜਿਹਨੂੰ ਸਾਹਿਬ ਕੌਰ ਜੀ ਮਾਂ ਮਿਲ ਜੇ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਜਿਹਨੂੰ ਅਨੰਦਪੁਰ ਵਰਗੀ ਥਾਂ ਮਿਲ ਜੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੈਂ ਹੋ ਕਰੋ ਨਿਵਾਸ। ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਨੇ 13 ਅਪ੍ਰੈਲ 1699 ਈਸਵੀ ਵਾਲੇ ਦਿਨ ਖਾਲਸੇ ਪੰਥ ਦੀ ਸਿਰਜਣਾ ਕੀਤੀ। 80,000 ਦੇ ਕੱਟ ਵਿੱਚੋਂ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਸਜੇ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਛਕਿਆ ਔਰ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਕੋਲ ਛਕਿਆ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਛਕਿਆ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਛਕਾਇਆ। ਸੋ ਜਿੱਥੇ ਭਾਈ ਦਇਆ ਰਾਮ ਹਿੰਮਤਚੰਦ, ਸੋ ਸ਼ੋਰਟ 'ਚ ਮੈਂ ਕਹਾਂਗਾ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਇਹ ਪੰਜਾਂ ਪਿਆਰਿਆਂ ਦੀ ਚੋਣ ਕੀਤੀ। ਸੋ ਇਸ ਤਰ੍ਹਾਂ ਹੀ ਉਹ ਮੈਸੇਜ ਅੰਮ੍ਰਿਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ। ਉੱਥੇ ਹੀ ਪਵਿੱਤਰ ਦਿਹਾੜਾ ਅੱਜ
ਸ਼ੁਭ ਮੰਨਿਆ ਜਾਂਦਾ ਹੈ ਸੰਗਰਾਂਦ ਦਾ ਦਿਹਾੜਾ ਵਿਸਾਖੀ ਦਾ। ਕਿਸਾਨਾਂ ਵੀਰਾਂ ਨੂੰ ਵੀ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ। ਅਮਰ ਸ਼ਕੋ ਸਿੰਘ ਸਜੋ ਗੁਰੂ ਵਾਲੇ ਵੱਲੋਂ ਚੜ੍ਹਦੀ ਕਲਾ ਵਿੱਚ ਰਹੋ। ਸਭ ਤੋਂ ਪਹਿਲਾਂ ਤੁਹਾਡੇ ਸਮੇਤ ਪੂਰੀ ਸੰਗਤ ਨੂੰ ਅੱਜ ਦੇ ਮਹਾਨ ਦਿਹਾੜੇ ਲਈ ਬਹੁਤ ਬਹੁਤ ਵਧਾਈ ਹੋਵੇ ਜੀ। ਅੱਜ ਜੋ ਹੈ ਇਹ ਕੇਵਲ ਇੱਕ ਦਿਹਾੜਾ ਨਹੀਂ ਹੈ, ਜਿੱਥੇ ਖਾਲਸਾ ਸਾਜਨਾ ਦਿਵਸ ਹੈ ਉੱਥੇ ਹੀ ਨਾਲ ਅੱਜ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਗੁਰਪੁਰਬ ਹੈ। ਮਹਾਰਾਜ ਜੀ ਅੱਜ ਦੇ ਦਿਨ ਕੀਰਤਪੁਰ ਸਾਹਿਬ ਵਿਖੇ ਇਹ ਸਰੀਰਕ ਜੋ ਹੈ ਚੋਲਾ ਤਿਆਗ ਕੇ ਮਹਾਰਾਜ ਅੱਜ ਦੇ ਦਿਨ ਜੋਤੀ ਜੋਤ ਸਮਾਏ ਸਨ। ਗੁਰੂ ਹਰਗੋਬਿੰਦ ਸਾਹਿਬ ਦੀ ਬੜੀ ਕਿਰਪਾ ਹੈ। ਅਗਰ ਜੇ ਸੋਚਿਆ ਜਾਵੇ ਇਹ ਜੋ ਅੱਜ ਖਾਲਸਾ ਪੰਥ ਜਾਂ ਸਾਜਨਾ ਨੂੰ ਮਨਾ ਰਹੇ ਹਾਂ, ਇਹਦੀ ਅਰੰਭਤਾ ਜੋ ਹੈ ਛੇਵੇਂ ਪਾਤਸ਼ਾਹ ਨੇ ਜਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਉਦੋਂ ਹੀ ਰੱਖ ਦਿੱਤੀ ਸੀ, ਦੋ ਤਲਵਾਰਾਂ ਮੀਰੀ ਅਤੇ ਪੀਰੀ ਦੀਆਂ ਪਾ ਕਰਕੇ। ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਜੋ ਹੈ ਇਸ ਚੀਜ਼ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਨੇ ਸਾਰੇ ਚਿੱਠੀਆਂ ਲਿਖ ਕੇ ਸੰਗਤਾਂ ਨੂੰ ਇਕੱਠ ਕੀਤਾ ਔਰ ਸ੍ਰੀ ਅਨੰਦਪੁਰ ਸਾਹਿਬ ਦੀ ਜਗ੍ਹਾ 'ਤੇ ਮਹਾਰਾਜ ਜੀ ਨੇ ਜਿੱਥੇ ਗੁਰਦੁਆਰਾ ਤੰਬੂ ਸਾਹਿਬ ਸੁਹਾਇਮਾਨ ਹੈ ਉੱਥੇ ਮਹਾਰਾਜ ਜੀ ਨੇ ਜੋ ਹੈ ਆਵਾਜ਼ ਮਾਰ ਕੇ ਸੰਗਤ ਨੂੰ ਕਿਹਾ। ਉਸ ਤੋਂ ਪਹਿਲਾਂ ਕੀਰਤਨ ਚੱਲ ਰਿਹਾ ਸੀ, ਮਹਾਰਾਜ ਨੇ ਆ ਕੇ ਬੜੇ ਜ਼ੋਰ ਜਲਾ ਚ ਆ ਕੇ ਉਹਨਾਂ ਨੇ ਉਹ ਸੰਗਤਾਂ ਨੂੰ ਇਹ ਕਿਹਾ ਕਿ ਆਓ ਜੀ, ਮੈਨੂੰ ਇੱਕ ਸਿੱਖ ਦੀ ਲੋੜ ਹੈ। ਤੋ ਸਭ ਤੋਂ ਪਹਿਲਾਂ ਭਾਈ ਦਇਆ ਰਾਮ ਜੀ ਜੋ ਹੈ ਉਹਨਾਂ ਨੇ ਆ ਕੇ ਆਪਣਾ ਸਿਰ ਨਵਾਇਆ। ਭਾਈ ਦਇਆ ਰਾਮ ਜੀ ਜੋ ਕਿ ਪਿਛੋਕੜ ਤੋਂ ਉਹਨਾਂ ਦੇ ਵੱਡੇ ਵਡੇਰਿਆਂ ਨੇ ਗੁਰੂ ਨਾਨਕ ਸਾਹਿਬ ਜੀ ਕੋਲ ਚਰਨ ਪੌਲ ਪ੍ਰਾਪਤ ਕੀਤੀ ਹੋਈ ਸੀ, ਉਹਨਾਂ ਨੇ ਆ ਕੇ ਕਿਹਾ ਮਹਾਰਾਜ ਜੀ ਇਹ ਤੁਹਾਡਾ ਅਸੀਸ ਹੈ, ਆਪ ਜੀ ਮੇਰਾ ਅਸੀਸ ਲੈ ਸਕਦੇ ਹੋ। ਤੋ ਮਹਾਰਾਜ ਇੱਕ ਵਾਰ ਨਾਲ ਉਹਨਾਂ ਦਾ ਅਸੀਸ ਜੋ ਹੈ ਧਾਰਨ ਅਲੱਗ ਕਰ ਦਿੱਤਾ। ਫਿਰ ਦੂਸਰੀ ਵਾਰੀ ਜੋ ਹੈ ਉਹ ਭਿੱਜੀ ਤਲਵਾਰ ਲੈ ਕੇ ਖੂਨ ਨਾਲ ਫਿਰ ਬਾਹਰ ਆਏ, ਕਹਿੰਦੇ ਇਹ ਜੋ ਹੈ ਸਿੱਖ ਦੀ ਹੋਰ ਲੋੜ ਹੈ। ਤੋ ਦੂਜੇ ਨੰਬਰ 'ਤੇ ਭਾਈ ਸਾਹਿਬ ਭਾਈ ਹਿੰਮਤ ਸਿੰਘ, ਦੂਜੇ ਨੰਬਰ 'ਤੇ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਇਸੇ ਤਰ੍ਹਾਂ ਤੀਸਰੀ ਵਾਰੀ ਭਾਈ ਹਿੰਮਤ ਸਿੰਘ ਜੀ ਉੱਠ ਕੇ ਆਏ। ਹਿੰਮਤ ਸਿੰਘ ਬਾਅਦ ਨਾਂ ਰੱਖਿਆ, ਹਿੰਮਤ ਰਾਏ ਨਾਂ ਸੀ। ਜੋ ਭਾਈ ਦਇਆ ਰਾਮ ਜੀ ਦਾ ਨਾਂ ਪਹਿਲਾਂ ਭਾਈ ਦਇਆ ਰਾਮ ਜੀ ਸੀ ਅਤੇ ਭਾਈ ਧਰਮਚੰਦ ਦਾ ਨਾਂ ਧਰਮਚੰਦ ਸੀ, ਉਹਨਾਂ ਨੂੰ ਧਰਮਚੰਦ ਤੋਂ ਬਾਅਦ ਫਿਰ ਅੱਗੇ ਹਿੰਮਤ ਸਿੰਘ ਜੀ, ਹਿੰਮਤ ਸਿੰਘ ਬਾਅਦ ਮੋਹਕਮ ਰਾਏ ਜੀ ਆਏ, ਮੋਹਕਮ ਰਾਏ ਬਾਅਦ ਸਾਹਿਬ ਸਿੰਘ ਜੀ ਜੋ ਆਏ। ਮਹਾਰਾਜ ਜੀ ਨੇ ਸਾਰਿਆਂ ਸੀਸ ਧਾਰਨ ਅਲੱਗ ਕਰਨ ਤੋਂ ਬਾਅਦ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਜਿਸ 'ਚ ਮਾਤਾ ਜੀਤਾ ਜੀ ਨੇ ਲਿਆ ਕੇ ਪਤਾਸੇ ਪਾ ਕੇ ਅੰਮ੍ਰਿਤ ਨੂੰ ਮਿੱਠਾ ਕਰ ਦਿੱਤਾ। ਪੰਜ ਬਾਣੀਆਂ ਦਾ ਜਾਪ ਕਰਦੇ ਹੋਏ ਮਹਾਰਾਜ ਨੇ ਉਹ ਅੰਮ੍ਰਿਤ ਦਾ ਜੋ ਹੈ ਬਾਟਾ ਤਿਆਰ ਹੋਇਆ। ਬਾਟਾ 'ਚ ਤਿਆਰ ਹੋਣ ਤੋਂ ਬਾਅਦ ਉਹਨਾਂ ਪੰਜਾਂ ਦੇ ਮੁੱਖ ਦੇ ਵਿੱਚ ਜੋ ਮਰਿਆਦਾ ਹੈ ਅੰਮ੍ਰਿਤ ਛਕਾਉਣ ਦੀ, ਪੰਜ ਪੰਜ ਚੂਲੇ ਜੋ ਹੈ ਉਹਨਾਂ ਦੇ ਮੂੰਹ 'ਚ ਪਾਏ, ਪੰਜ ਪੰਜ ਜੋ ਹੈ ਸੀਸ 'ਤੇ ਪਾਏ, ਪੰਜ ਪੰਜ ਅੱਖਾਂ 'ਚ ਪਾ ਕੇ ਉਹਨਾਂ ਕਿਹਾ ਬੋਲੋ ਜੀ ਭਾਈ ਜੀ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੁਲਾ ਕੇ ਉਹਨਾਂ ਨੂੰ ਫਿਰ ਤੋਂ ਜਿਉਂਦੇ ਕਰਕੇ ਉਹਨਾਂ ਨੂੰ ਪੰਜ ਪਿਆਰਿਆਂ ਦਾ ਜੋ ਹੈ ਰੁਤਬਾ ਦਿੱਤਾ।